दोस्तों किसानों के हक विच अज नवजोत सिंह सिद्धू सड़कों के उत्ते उतरे ना तो नवजोत सिंह सिद्धू वालों ऐलान किया गया कि जदों तक ये बिल रद्द नहीं किया जाता उदों तक मैं किसानों के नाल खड़ा रहांगा। तो वड्डी गिणती दे विच उत्थे लोग पहुँचे सन नवजोत सिंह सिद्धू के समर्थन के विच। तो उत्थे पर्स बड़े जने दे निकले ने, मोबाइल बड़े जने दे निकले ने, जिहड़े तुसीं थाने दे बाहर लोग देख रहे जे इन्हां दे विचों काफ़ी जने दे पर्स जिहड़े ने ओह चोरां वल्लों कढ लिते गए ने ते नाल दे नाल मोबाइल भी जिहड़े ने ओह चोरी कर लिते गए ने। तां इस वेले कंप्लेंट खाण वास्ते सारे इत्थे पहुंचे ने। तां इन्हां दे नाल असीं गल्लबात करदे हां कि होया की है, किस तरह तुहाडा पर्स निकलिया। तां भाजी कित्थे पहुंचे सी तुसीं जदों पर्स निकलिया तुहाडा? पर्स मेरा पर्स मेरा मोबाइल निकलिया जी, ਉੱਪਰਲੀ ਮੈਂ ਜੇਬ 'ਚ ਮੋਬਾਈਲ ਪਾਇਆ ਦਾ ਸੀ। ਕਿੱਥੇ ਗਏ ਸੀ ਤੁਸੀਂ? ਸਿੱਧੂ ਸਾਹਿਬ ਦੀ ਰੈਲੀ ਦੇ। ਸਿੱਧੂ ਸਾਹਿਬ ਜਿੱਲੇ ਗੱਡੀ ਤੋਂ ਉਤਰੇ ਆ ਨਾ, ਅਸੀਂ ਲਾਗੇ ਖੜੇ ਸੀ, ਬਸ ਇੱਕਦਮ ਹੀ ਉੱਥੇ ਰਸ਼ ਪੈ ਗਿਆ ਜਿੱਲੇ ਸਿੱਧੂ ਸਾਹਿਬ ਉਤਰੇ ਥੱਲੇ। ਇੱਕ ਸੈਕਿੰਡ ਦੇ ਵਿੱਚ ਹੀ ਉਹਨੇ ਮੇਰਾ ਮੋਬਾਈਲ ਕੱਢਿਆ ਅਤੇ ਮੈਂ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੈ। ਇਹ ਮੁੰਡਾ ਦੌੜਿਆ, ਇੰਨੇ 'ਚ ਨਾਲ ਹੀ ਇੰਨੇ ਦੂਸਰੇ ਬੰਦੇ ਨੂੰ ਮੋਬਾਈਲ ਫੜਾ ਦਿੱਤਾ। ਇਹਨੂੰ ਮੈਂ ਜਿੱਲੇ ਬਾਂਹ ਫੜੀ ਨੇ ਦੀ, ਇਹਦੇ ਹੱਥ 'ਚ ਮੋਬਾਈਲ ਨਹੀਂ, ਇਹ ਗੈਂਗ ਹੈਗਾ ਸਾਰਾ, ਇਹ ਕਾਫ਼ੀ ਜਣਿਆਂ ਦਾ ਗੈਂਗ ਸੀ ਤੇ ਪੰਜ ਕੁ ਬੰਦਿਆਂ ਦਾ ਗੈਂਗ ਹੈਗਾ ਸੀ। ਇਹ ਜਨਾ ਲੇਡੀਜ਼ ਵੀ ਨਾਲ ਹੈਗੇ ਇਹਨਾਂ ਦੇ, ਕਾਫੀ ਪਰਸ ਕੱਢੇ ਹੋਣੇ ਆ ਬਟੂਏ ਜਿਹੜੇ ਨੇ ਹੱਥਾਂ ਵਿੱਚ ਇਹਨਾਂ ਦੇ ਆਏ ਹੋਣੇ, ਮੋਬਾਈਲ ਆਏ ਹੋਣੇ। ਹਾਂਜੀ ਬਹੁਤ ਜ਼ਿਆਦਾ ਜੀ, ਇਹ ਸਾਰੇ ਭਰਾ ਖੜੇ ਜੀ। ਕਿੰਨਾ ਨੁਕਸਾਨ ਹੋਇਆ ਤੁਹਾਡਾ? ਮੇਰਾ ਮੋਬਾਈਲ ਹੈ ਜੀ 10,000 ਰੁਪਏ ਦਾ ਮੋਬਾਈਲ ਹੈ, ਡੇਢ ਮਹੀਨਾ ਪਹਿਲੇ ਮੈਂ ਲਿਆ ਇੱਥੋਂ ਹਾਲ ਬਾਜ਼ਾਰ ਤੋਂ, ਬਿੱਲ ਵੀ ਮੇਰੇ ਕੋਲ ਹੈ ਇਸ ਵੇਲੇ, ਤੇ 10,000 ਰੁਪਏ ਦਾ ਮੇਰਾ ਮੋਬਾਈਲ ਸੀ, ਡੇਢ ਕੁ ਮਹੀਨਾ ਪਹਿਲੇ ਮੈਂ ਲਿਆ ਸੀ ਤੇ ਉਹਨਾਂ ਨੇ ਮੁੰਡੇ ਨੇ ਉਸੇ ਵੇਲੇ ਕੱਢਿਆ ਜਿੱਲੇ ਮੈਂ ਦੀ ਬਾਂਹ ਫੜੀ ਇਹਨੇ ਅੱਗੇ ਫੜਾ ਦਿੱਤਾ ਫੋਨ, ਜਿੱਲੇ ਦੀ ਬਾਂਹ ਫੜੀ ਇਹਨੇ, ਨਾਲ ਨਾਲ ਹੀ ਹੁੰਦੇ ਇਹਨਾਂ ਦੇ ਬੰਦੇ ਸਾਰੇ ਗੈਂਗਾਂ ਦੇ, ਇਹਨੇ ਦੂਸਰੇ ਨੂੰ ਫੜਾ ਦਿੱਤਾ ਜਿੱਲੇ ਮੈਂ ਇਹਦੇ ਹੱਥ 'ਚ ਬਾਂਹ ਫੜੀ, ਇਹਦੇ ਹੱਥ 'ਚ ਮੋਬਾਈਲ ਹੀ ਹੈ, ਉਹ ਲੈ ਕੇ ਨਿਕਲ ਗਿਆ ਬੰਦਾ। ਹੁਣ ਫੋਨ ਸਵਿੱਚ ਆਫ ਆ ਰਿਹਾ ਸੀ, ਫੋਨ ਕਰਦੇ ਵੀ ਸਵਿੱਚ ਆਫ ਚੱਲਦਾ। ਲੋਕ ਜਿਹੜੇ ਨੇ ਥਾਣੇ ਪਹੁੰਚੇ ਨੇ ਤਾਂ ਕੰਪਲੇਂਟ ਲਿਖਾਈ ਜਾ ਰਹੀ ਇਹਨਾਂ ਵੱਲੋਂ ਕਿ ਸਾਡੇ ਜਿਹੜੇ ਪਰਸ, ਸਾਡੇ ਜਿਹੜੇ ਮੋਬਾਈਲ ਨਿਕਲੇ ਨੇ ਉਹ ਹੱਲ ਕੀਤਾ ਜਾਵੇ, ਸਾਡਾ ਕੋਈ ਨਾ ਕੋਈ। ਭਾਜੀ ਤੁਹਾਡਾ ਕੀ ਨਿਕਲਿਆ, ਕੀ ਨਾਮ ਤੁਹਾਡਾ ਪਹਿਲਾਂ? ਮੇਰਾ ਭਾਜੀ ਨਾਮ ਰਿਸ਼ਵ ਵੋਰਾ ਜੀ। ਮੇਰਾ ਪਰਸ ਨਿਕਲਿਆ ਜੀ ਜਦੋਂ ਸਿੱਧੂ ਸਾਹਿਬ ਉੱਥੇ ਆਏ ਨੇ ਮੌਕੇ 'ਤੇ, ਅਸੀਂ ਉੱਥੋਂ ਰਸ਼ 'ਚ ਸੀਗੇ ਅਤੇ ਰਸ਼ 'ਚ ਜਦੋਂ ਇੱਕਦਮ ਸਾਰੇ ਇਕੱਠੇ ਹੋਏ ਅਤੇ ਮੁੰਡਾ ਸੀ ਮੇਰੀ ਸਾਈਡ ਪਾਕਿਟ 'ਤੇ ਪਰਸ ਸੀਗਾ, ਉਹਦੇ ਵਿੱਚ ਮੇਰੇ ਬੈਂਕ ਦਾ ਏ ਟੀ ਐੱਮ ਕਾਰਡ ਸੀਗਾ, ਮੇਰਾ ਆਧਾਰ ਕਾਰਡ ਸੀਗਾ, ਮਤਲਬ ਲਾਇਸੈਂਸ ਸੀਗਾ ਅਤੇ ਬਾਕੀ ਕੈਸ਼ ਸੀ 4-5 ਹਜ਼ਾਰ ਰੁਪਇਆ। ਅਤੇ ਮੈਂ ਥੋੜ੍ਹਾ ਸਾਈਡ 'ਤੇ ਹੋ ਗਿਆ ਜਦੋਂ ਦੇਖਿਆ ਪਰਸ ਨਹੀਂ ਸੀਗਾ, ਅਤੇ ਮੈਂ ਨੀਚੇ ਆਇਆ, ਇਹਨਾਂ ਨੇ ਭਾਜੀ ਇਹਨਾਂ ਨੇ ਚੋਰ ਫੜਿਆ ਹੋਇਆ ਸੀ ਅਤੇ ਇਹਨਾਂ ਨੂੰ ਪੁੱਛਿਆ, ਕਹਿੰਦੇ ਕਿ ਚੋਰ ਆ, ਮੈਂ ਕਿਹਾ ਮੇਰਾ ਪਰਸ ਵੀ ਨਿਕਲਿਆ, ਇਹਨਾਂ ਨੇ ਉਸ ਤੋਂ ਬਾਅਦ ਅਸੀਂ ਰਾਮਬਾਗ ਥਾਣੇ ਲਿਆਂਦਾ ਅਤੇ ਕਾਰ ਰਾਮਬਾਗ ਵਾਲੇ ਕਾਰਵਾਈ ਕਰਦੇ ਪਏ। ਨੁਕਸਾਨ ਹੋਇਆ ਭਾਜੀ ਤੁਹਾਡਾ? ਮੇਰਾ ਭਾਜੀ ਤੁਸੀਂ ਲਾ ਲਓ 4-5 ਹਜ਼ਾਰ ਕੈਸ਼ ਸੀਗਾ, ਬਾਕੀ ਏ ਟੀ ਐੱਮ ਕਾਰਡ ਅਤੇ ਲਾਇਸੈਂਸ ਅਤੇ ਆਧਾਰ ਕਾਰਡ ਸੀਗਾ। ਸਭ ਤੋਂ ਵੱਡੀ ਪਰੇਸ਼ਾਨੀ ਹੁੰਦੀ ਜਿਹੜੇ ਕਾਰ ਸਾਡੇ ਗਵਾਚ ਗਏ ਉਹਨਾਂ ਨੂੰ ਬਣਾਉਣਾ ਕਿਸ ਤਰ੍ਹਾਂ? ਮੇਰੇ ਡਾਕੂਮੈਂਟ ਮਿਲ ਜਾਣ, ਮੈਨੂੰ ਬਸ ਇਹੀ ਆ ਕਿ ਬਾਕੀ ਕੈਸ਼ ਕੋਈ ਚੱਕਰ ਨਹੀਂ ਆ, ਬਾਕੀ ਡਾਕੂਮੈਂਟ ਜਿਹੜੇ ਮਿਲ ਜਾਣ ਬਸ। ਜਿੱਦਾਂ ਵੀ ਕਿਸੇ ਦਾ ਪਰਸ ਨਿਕਲਦਾ ਤਾਂ ਸਭ ਤੋਂ ਜ਼ਿਆਦਾ ਉਹਨੂੰ ਚਿੰਤਾ ਹੁੰਦੀ ਹੈ ਕਿ ਮੇਰੇ ਡਾਕੂਮੈਂਟ ਜਿਹੜੇ ਨੇ ਉਹ ਮੈਨੂੰ ਮਿਲ ਜਾਣ, ਕਿਉਂਕਿ ਬੜੀ ਪਰੇਸ਼ਾਨੀ ਹੁੰਦੀ ਹੈ ਡਾਕੂਮੈਂਟ ਦੁਬਾਰਾ ਬਣਾਉਣ ਦੇ। ਤੁਹਾਡਾ ਕੀ ਨਾਮ ਹੈ ਜੀ? ਸੰਦੀਪ ਸਿੰਘ ਜੀ। ਸੰਦੀਪ ਜੀ ਕੀ ਹੋਇਆ? ਮੇਰਾ ਪਰਸ ਨਿਕਲ ਗਿਆ ਜਦੋਂ 4-5 ਦਿਨਾਂ ਦਾ ਗੈਂਗ ਸੀ, ਆਹ ਵੀਰ ਜੀ ਇਹਨਾਂ ਦਾ ਮੋਬਾਈਲ ਨਿਕਲਿਆ, ਜਦੋਂ ਬੰਦਾ ਮੋਬਾਈਲ ਕੱਢਣ ਦੇ ਨਾ ਫੜ ਲਿਆ ਉੱਤੇ ਹੀ, ਅਤੇ ਉਹ ਬੰਦੇ ਨੂੰ ਕਿ ਹੋਰ ਦੇ ਕੇ ਭੱਜ ਗਿਆ, ਅਤੇ ਉਹਨੂੰ ਮੈਂ ਪੁੱਛਿਆ, ਉਹ ਕਹਿੰਦਾ ਸਾਡਾ ਗਿਆ ਬੱਲੇ ਚੱਲ ਗਿਆ, ਆ ਬੱਲੇ ਵਾਲੇ ਲੈ ਗਏ ਆ, ਉਹਦੇ ਵਿੱਚ ਡਾਕੂਮੈਂਟ ਸੀ, ਕੋਈ ਡਰਾਈਵ ਲਾਇਸੈਂਸ ਸੀ, ਮੇਰਾ ਵੈਪਨ ਲਾਇਸੈਂਸ ਸੀ, ਆਧਾਰ ਕਾਰਡ ਸੀ ਅਤੇ ਹੋਰ ਥੋੜ੍ਹਾ ਕੈਸ਼ ਸੀ। ਕਿੰਨਾ ਨੁਕਸਾਨ ਹੋ ਗਿਆ? ਪੈਸੇ ਕਹਿੰਦੇ ਕੋਈ 7-8 ਹਜ਼ਾਰ ਦਾ। 7-8 ਹਜ਼ਾਰ? ਤਾਂ ਤੁਹਾਨੂੰ ਪਤਾ ਨਹੀਂ ਲੱਗਾ ਵੀ ਕਿਸ ਤਰੀਕੇ ਦੇ ਨਾਲ ਤੁਹਾਡੀ ਜੇਬ ਸਾਫ਼ ਕਰ ਰਹੇ ਆ? ਉਹ 2 ਮਿੰਟ ਹੀ ਲਾਏ ਇਹਨਾਂ ਦੇ, ਜੇ ਪਤਾ ਲੱਗ ਜਾਂਦਾ ਉਸੇ ਲਗਾ ਪੋਣਾ। ਹਾਂਜੀ। ਤਾਂ ਕੋਈ ਮਾੜਾ ਮਾੜਾ ਨਜ਼ਰ ਤੇ ਚੜਿਆ ਵਾ ਕਿੱਡਾ ਕੁ ਬੱਚਾ ਸੀ? ਨਜ਼ਰ ਸਿਆਣਾ ਸੀ। ਹਾਂ ਨਜ਼ਰ ਤੇ ਚੜਿਆ, ਜਿਹੜੇ ਛੋਟੇ ਛੋਟੇ ਬੱਚੇ ਸੀ ਅਤੇ ਉਹ ਕਿਹੜਾ ਬੰਦਾ ਕਾਬੂ ਆਇਆ ਉਹਨਾਂ ਦਾ ਗਿਆ, ਉਹਨਾਂ ਦਾ ਕੋਈ ਭਰਾ ਭਰੂ ਪਤਾ ਨਹੀਂ ਕੌਣ ਸੀ। ਇੱਕ ਬੰਦਾ ਕਾਬੂ ਕਰ ਲਿਆ? ਹਾਂ ਇੱਕ ਬੰਦਾ ਕਾਬੂ ਕਰ ਲਿਆ। ਤਾਂ ਪੁਲਿਸ ਵੱਲੋਂ ਇੱਕ ਜਣੇ ਨੂੰ ਕਾਬੂ ਕਰ ਲਿੱਤਾ ਗਿਆ, ਪਰ ਲੋਕਾਂ ਦੇ ਪਰਸ ਨਿਕਲਣੇ ਭੀੜ ਦੇ ਵਿੱਚੋਂ ਕਿਤੇ ਨਾ ਕਿਤੇ ਭੁੱਖਮਾਰੀ ਜਿਹੜੀ ਆ ਉਹ ਸਾਫ਼ ਨਜ਼ਰ ਆ ਰਹੀ ਹੈ। ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਪਰਸਾਂ ਨੂੰ ਚੋਰੀ ਕਰ ਰਹੇ ਨੇ ਭੀੜ ਦੇ ਵਿੱਚ ਜਾ ਕੇ। ਭਾਜੀ ਕੀ? ਜੀ ਜੀ ਕੀ ਬਕਿਆ? ਇਹ ਬਕਿਆ ਵੀ ਹੈਗੀ, ਇਹ ਤੁਹਾਡਾ ਮੋਬਾਈਲ ਉਹਦੇ ਕੋਲ ਲਗਾ ਵਾ, ਮੈਂ ਤੁਹਾਨੂੰ ਆਓ ਚੌਂਕ 'ਚ ਮੈਂ ਲੈ ਕੇ ਦਿੰਦਾ ਤੁਹਾਨੂੰ, ਇਹਨੂੰ ਅਸੀਂ ਫੜ ਕੇ ਉੱਧਰਲੇ ਚੌਂਕ ਵਾਲੇ ਪਾਸੇ ਲੈ ਕੇ ਆਏ ਅੱਗੇ, ਇਹ ਫਿਰ ਇੱਧਰ ਇੱਧਰ ਡਰਾਮੇਬਾਜ਼ੀਆਂ ਕਰੀ ਜਾਂਦਾ ਵਾ, ਸਾਨੂੰ ਕੁਛ ਪੱਲੇ ਨਹੀਂ ਪਾਉਣ ਦੱਸਦਾ ਨਹੀਂ। ਹੁਣ ਲੱਗਦਾ ਕਿ ਮੈਨੂੰ ਛੱਡ ਦੇਣਗੇ ਕੋਈ? ਹਾਂਜੀ ਹਾਂਜੀ, ਇਹਨੂੰ ਇਹੋ ਜਿਹੀ ਕਿ ਮੈਨੂੰ ਇੱਥੇ ਛੱਡ ਦੇਣਗੇ, ਪਰ ਸਾਡੀ ਸਿਮ ਚੱਲਦੀ ਵੀ ਮਹਾਰਾਜ ਮੇਰੀ ਵਿੱਚ, ਕਾਰੋਬਾਰ ਦੇ ਸਾਰੇ ਸਿਮ ਦੇ ਨੰਬਰ ਆ ਮੇਰੇ ਸਾਰੇ। ਲੱਗਦਾ ਕਿ ਹੁਣ ਰੈਲੀ ਦੇ ਨਾਂ ਹੀ ਇਹ, ਜੇ ਇਸ ਤਰ੍ਹਾਂ ਪਰਸ ਹੀ ਨਿਕਲੀ ਜਾਣਗੇ ਰੈਲੀ ਦੇ ਆਵਾਂਗੇ ਜੀ। ਸਾਡੀ ਸਿੱਧੂ ਸਾਹਿਬ ਸਾਡੀ ਜਾਨ ਆ ਜੀ ਜੀ, ਸਿੱਧੂ ਸਾਹਿਬ ਪਿੱਛੇ ਆਪਣੀ ਜਾਨ ਵੀ ਕੁਰਬਾਨ ਕਰ ਦਿਆਂਗੇ, ਇੱਕ ਮੋਬਾਈਲ ਤੇ ਇੱਕ ਛੋਟੀ ਜਿਹੀ ਚੀਜ਼ ਹੈਗੀ ਸਰ। ਬਿਲਕੁਲ, ਪਰ ਕਾਨੂੰਨ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਇਹਨਾਂ ਨੂੰ। ਭਾਜੀ ਕੀ ਕਹਿਣਾ ਚਾਹੁੰਦੇ ਹੋ? ਬਾਕੀ ਇਹਨੇ ਸਰ ਨਾਮ ਵੀ ਲਿੱਤਾ ਵਾ, ਕਿੱਥੋਂ ਦਾ ਵਾ, ਇਹਨੂੰ ਪਿਆਰ ਨਾਮ ਪੁੱਛਿਆ ਵੀ ਆ, ਇਹਨੇ ਦੱਸਤਾ ਕਿ ਉੱਥੋਂ ਦੇ ਆ, ਮੇਰੇ ਨਾਲ ਚਲੋ, ਅਸੀਂ ਹੁਣ ਕਾਰਵਾਈ ਕਰਾਈ ਆ, ਰਿਪੋਰਟ ਵਗੈਰਾ ਲਿਖਾਈ ਆ, ਅਤੇ SHO ਸਾਹਿਬ ਨੇ ਅੱਗੇ ਜਿਹੜੇ ਮੌਕੇ ਦੇ ਮੌਜੂਦ ਨੇ SI ਸਾਹਿਬ ਉਹ ਜਾਣਗੇ ਸਾਡੇ ਨਾਲ ਕਾਰਵਾਈ ਕਰਨ ਉੱਥੇ ਵੱਲੇ ਮੰਡੀ। ਭਾਜੀ ਕਿਸ ਤਰ੍ਹਾਂ ਸਮਝਦੇ ਜੀ, ਛੋਟੇ ਛੋਟੇ ਬੱਚੇ ਚੋਰੀਆਂ ਚਕਾਰੀਆਂ ਦੇ ਵਿੱਚ ਪੈਂਦੇ ਜਾ ਰਹੇ ਨੇ, ਤਾਂ ਬੜੀ ਚਿੰਤਾ ਵਾਲੀ ਗੱਲ ਆ ਪੰਜਾਬ ਵਾਸਤੇ? ਸਾਡੇ ਪੰਜਾਬ ਵਿੱਚ ਭੁੱਖਮਰੀ ਜ਼ਿਆਦਾ ਚੱਲ ਰਹੀ ਹੈ ਜੀ, ਉਹ ਚਾਂਸ ਆ ਚੋਰੀਆਂ ਦਾ, ਨਿੱਕ
बिल्कुल भाजी की राय थी, क्योंकि बच्चे बुजुर्ग या फिर नौजवान हो हर कोई ध्यान जरा वा पुठे कमा डकैतियां चोरियां आम होंगे जा रही ने, तो रैली के पहुंचे हैं तो पर्स चोरी हो गया काफ़ी जाने। छोटे छोटे बच्चे है जी झुग्गिया चो आए ना स्कूल बेचारे जाते नहीं है, इन्होंने इसे रस्ते पाया माँ प्यो ने, होर कोई इन्हों को साधन है नहीं है कमाई का, तो बेचारे जाके चोरिया चारिया पर्स पुरस कटते लोगों का ज़्यादा नुकसान है, पैसे की कोई गल नहीं ज़्यादा लोगों के अपने ज़्यादा नुकसान होंगे लोगों का। बिल्कुल डॉक्यूमेंट जो नहीं हाथ आते तो उदो ज़्यादा नुकसान होंगे, पर बड़ी वड्डी गल है कि जेकर तुसी किसी रैली दे विच किसी धरने दे विच जावोगे तो तुहानू अपनी जेबां जिहड़ियां ने उह उहनां दा खास ध्यान रखना पेगा, क्योंकि जेकर जेबां दा ध्यान ना रखोगे तो जिस तरह ये सारे लोग परेशान ने जिन्हां दे पर्स निकल गए जिन्हां दे मोबाइल निकल गए ने उन्हां वांगर तुहानू भी थाने दे विच आना पेगा, तो शायद समान तुहानू ना मिले पैसे तुहानू ना मिलन पर खज्जल खुआरी जरूर मिलेगी। पुलिस अधिकारियों नाल गलबात करदे आं कि किस तरीके दे नाल कार्रवाई अमल च लैंदी गई, क्योंकि इन्हां वल्लों कहा जा रिहा कि एक चोर असी काबू करवा भी दिता गया। पुलिस अधिकारी साढ़े नाल मौजूद ने जिन्हों सारी इन्वेस्टिगेशन दी गई है कि आखिर यह बच्चे कौन ने या फिर जिन्हों वालों चोरिया की जा रही ने वह कौन ने, तो सर अज नवजोत सिंह सिद्धू की एक रैली हुई थी जिस काफ़ी जने के पर्स या फिर मोबाइल जोड़े ने चोरी हुए थे, कुछ लोग तो भी पहुंचे की कहना चाहते। देखो जी जरा अच्छ चोरी हुई है ये बारे असं डिस्कस कर रहे हैं, पूरी इन्वेस्टिगेशन करेंगे भी कितों चोरी हुई है, सारा मौका जाकर वेखते हैं, मौका वेखने तो बाद जितों का है जो भी उन्होंने उत्ते एक्शन है वो मुताबिक कार्रवाई करती जाऊगी जी जो भी उन्होंने को होगा। सर जे इस वे थोड़े को पहुंचे आ उन्होंने डॉक्यूमेंट काफ़ी ने, किसी का रिवोल्वर का लाइसेंस है या फिर होर डॉक्यूमेंट ATM कार्ड मोबाइल, तो किन्ने जने इस वे थोड़े को आए हैं? देखो जी मेरे को तो 3-4 जने बंदे आए हैं सिर्फ, उन्होंने बाद मैं वेरीफाई कर रहा जी, वेरीफाई करने बाद वेखूंगा वकूआ कितों का जी जितों आया वो मुताबिक जोड़ा भी वकूगा उत्तों तो कार्रवाई करती जाऊगी जो बनाएगी जो इन्होंने उत्ते फैंस लगेगा ला के इन्होंने उत्ते जेल च भेजा जाए। तक जो आया जो चोर आया वा कि उम्र का वा तो कौन है जल्द तो जल्द कार्रवाई की जाएगी, चाहे कोई बच्चा चोर है या नौजवान है हर एक उत्ते कार्रवाई की जाएगी जेकर अंजाम दिंदा, क्योंकि लगातार अमृतसर इस तरह दी घटनावां सामने आउंदियां ने, तो अज मदई जड़े ने जिन्हों वालों जिन्हों की चोरी हुई है किसी का मोबाइल किसी का पर्स, तो वो खुद ही चोर नू लैके थाने विच पहुंचे ने, तो हुण पुलिस देखते हैं की कार्रवाई करती है। कैमरामैन दीपक बजाज के नाल सुखचैन सिंह अमृतसर।